ਨੀਚੇ ਕਾਲ ਕਰ ਦੋ ਉਸਕੋ। ਪਹਾੜਾਂ ਦੇ ਵਿੱਚ ਮੌਨਸੂਨ ਦੀ ਬਾਰਿਸ਼ ਨੇ ਆਫਤ ਲਿਆ ਦਿੱਤੀ ਹੈ। ਸਾਰੀਆਂ ਨਦੀਆਂ ਨਾਲੇ ਉਫਾਨ ਤੇ ਨੇ, ਪਾਣੀ ਦਾ ਪੱਧਰ ਵੱਧ ਗਿਆ ਹੈ ਤੇ ਬਹੁਤ ਸਾਰੀਆਂ ਥਾਵਾਂ ਤੇ ਲੈਂਡ ਸਲਾਈਡ ਹੋ ਰਹੀ ਹੈ। ਪਹਾੜ ਖਿਸਕ ਰਹੇ ਨੇ, ਟਿੱਗਾਂ ਡਿੱਗ ਰਹੀਆਂ ਨੇ, ਜਿਸ ਕਾਰਨ ਆਵਾਜਾਈ ਦੇ ਵਿੱਚ ਵੀ ਵਿਘਨ ਪਿਆ। ਚਾਹੇ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਜਾਂ ਉੱਤਰਾਖੰਡ ਦੀ, ਇਹੀ ਨਹੀਂ ਜੰਮੂ ਕਸ਼ਮੀਰ ਦੇ ਵਿੱਚ ਵੀ ਮੌਨਸੂਨ ਪਹੁੰਚ ਚੁੱਕਿਆ ਹੈ, ਜਿਸ ਕਾਰਨ ਅਮਰਨਾਥ ਯਾਤਰਾ ਨੂੰ ਕੁਝ ਦੇਰ ਲਈ ਰੋਕਣਾ ਪਿਆ ਹੈ। ਦੂਜੇ ਪਾਸੇ ਉੱਤਰਾਖੰਡ ਦੇ ਚਮੋਲੀ 'ਚ ਵੀ ਬਦਰੀਨਾਥ ਨੈਸ਼ਨਲ ਹਾਈਵੇ 'ਤੇ ਲੈਂਡ ਸਲਾਈਡ ਹੋਇਆ, ਜਿਸ ਕਾਰਨ ਟ੍ਰੈਫਿਕ ਰੁਕਿਆ ਹੈ। ਹਿਮਾਚਲ 'ਚ ਬੀਤੀ ਦੇਰ ਰਾਤ ਤੋਂ ਮਨਾਲੀ ਲੇਹ ਹਾਈਵੇ 'ਤੇ ਵੀ ਕਾਫੀ ਬਾਰਿਸ਼ ਹੋਈ ਹੈ, ਜਿਸ ਕਾਰਨ ਆਵਾਜਾਈ 'ਚ ਦਿੱਕਤ ਆ ਰਹੀ ਹੈ। ਮੌਸਮ ਵਿਗਿਆਨੀਆਂ ਦੀ ਮੰਨੀਏ ਤਾਂ ਆਉਣ ਵਾਲੀ 10 ਜੁਲਾਈ ਤੱਕ ਇਹਨਾਂ ਸਟੇਟਸ ਦੇ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਅਤੇ ਅਜਿਹੇ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਉੱਤਰਾਖੰਡ, ਹਿਮਾਚਲ ਅਤੇ J&K ਦੇ ਟ੍ਰਿਪ 'ਤੇ ਨਾ ਜਾਣ, ਇਹਨਾਂ ਥਾਵਾਂ 'ਤੇ ਘੁੰਮਣ ਨਾ ਜਾਣ, ਖਰਾਬ ਮੌਸਮ 'ਚ ਆਪਣਾ ਬਚਾਅ ਕਰਨ। ਹਿਮਾਚਲ 'ਚ ਵੀ ਮਨਾਲੀ ਲੇਹ ਹਾਈਵੇ ਬੰਦ ਕੀਤਾ ਗਿਆ। ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕੀਤਾ ਹੈ। ਹਿਮਾਚਲ ਦੇ ਵਿੱਚ ਕਈ ਥਾਵਾਂ 'ਤੇ ਲੈਂਡ ਸਲਾਈਡ ਹੋ ਰਿਹਾ ਹੈ, ਸੜਕਾਂ ਦੇ ਵਿੱਚ ਪੱਥਰ ਡਿੱਗ ਰਹੇ ਨੇ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਇਹੀ ਨਹੀਂ, ਸ਼ਿਮਲਾ ਦੇ ਵਿੱਚ ਬਾਰਿਸ਼ ਦੇ ਕਾਰਨ ਪਾਣੀ ਘਰਾਂ ਦੇ ਵਿੱਚ ਵੜ ਗਿਆ, ਸੜਕਾਂ 'ਤੇ ਮਲਬਾ ਏ, ਪੱਥਰ ਅਤੇ ਦਰਖਤ ਗਿਰੇ ਹੋਏ ਨੇ। 70 ਤੋਂ ਜ਼ਿਆਦਾ ਸੜਕਾਂ ਬਲੌਕ ਹੋ ਗਈਆਂ ਨੇ, 200 ਤੋਂ ਜ਼ਿਆਦਾ ਬਿਜਲੀ ਦੇ ਟਰਾਂਸਫਾਰਮਰ ਠੱਪ ਹੋ ਗਏ ਨੇ। ਮੌਸਮ ਵਿਭਾਗ ਨੇ 6 ਜ਼ਿਲ੍ਹਿਆਂ, ਮੰਡੀ, ਸ਼ਿਮਲਾ, ਸਿਰਮੌਰ, ਕਾਂਗੜਾ, ਕੁੱਲੂ ਅਤੇ ਕਿਨੌਰ 'ਚ ਹੜ੍ਹ ਆਉਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਪਿਛਲੇ 24 ਘੰਟਿਆਂ 'ਚ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿੱਚ ਜੰਮ ਕੇ ਬਰਸਾਤ ਹੋਈ ਹੈ। ਧਰਮਸ਼ਾਲਾ, ਪਾਲਮਪੁਰ, ਜੋਗਿੰਦਰਨਗਰ, ਰਿਸ਼ੀਕੇਸ਼, ਕਾਂਗੜਾ, ਬੈਜਨਾਥ ਅਤੇ ਲੋਹਾ ਘਾਟ ਦੇ ਵਿੱਚ ਜ਼ਬਰਦਸਤ ਬਰਸਾਤ ਹੋਈ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਲੋਕ ਖੱਜਲ ਖੁਆਰ ਹੋ ਰਹੇ ਨੇ ਅਤੇ ਸੜਕਾਂ 'ਤੇ ਮਲਬਾ ਡਿੱਗ ਰਿਹਾ ਹੈ, ਟਿੱਗਾਂ ਡਿੱਗ ਰਹੀਆਂ ਨੇ, ਲੈਂਡ ਸਲਾਈਡ ਹੋ ਰਹੀ ਹੈ। ਜਿਹੜੇ ਲੋਕ ਪਹਾੜਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਇੰਨੀ ਦਿਨੀ, ਉਹਨਾਂ ਨੂੰ ਹਾਲੇ ਇਹਨਾਂ 3 ਸਟੇਟਸ ਦੇ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਪਹਾੜਾਂ ਦੇ ਵਿੱਚ ਮੌਨਸੂਨ ਦੀ ਬਾਰਿਸ਼ ਨੇ ਆਫਤ ਲਿਆ ਦਿੱਤੀ ਹੈ। ਸਾਰੀਆਂ ਨਦੀਆਂ ਨਾਲੇ ਉਫਾਨ 'ਤੇ ਨੇ, ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ ਬਹੁਤ ਸਾਰੀਆਂ ਥਾਵਾਂ 'ਤੇ ਲੈਂਡ ਸਲਾਈਡ ਹੋ ਰਹੀ ਹੈ। ਪਹਾੜ ਖਿਸਕ ਰਹੇ ਨੇ, ਟਿੱਗਾਂ ਡਿੱਗ ਰਹੀਆਂ ਨੇ, ਜਿਸ ਕਾਰਨ ਆਵਾਜਾਈ ਦੇ ਵਿੱਚ ਵੀ ਵਿਘਨ ਪਿਆ। ਚਾਹੇ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਜਾਂ ਉੱਤਰਾਖੰਡ ਦੀ, ਇਹੀ ਨਹੀਂ ਜੰਮੂ ਕਸ਼ਮੀਰ ਦੇ ਵਿੱਚ ਵੀ ਮੌਨਸੂਨ ਪਹੁੰਚ ਚੁੱਕਿਆ ਹੈ, ਜਿਸ ਕਾਰਨ ਅਮਰਨਾਥ ਯਾਤਰਾ ਨੂੰ ਕੁਝ ਦੇਰ ਲਈ ਰੋਕਣਾ ਪਿਆ ਹੈ। ਦੂਜੇ ਪਾਸੇ ਉੱਤਰਾਖੰਡ ਦੇ ਚਮੋਲੀ 'ਚ ਵੀ ਬਦਰੀਨਾਥ ਨੈਸ਼ਨਲ ਹਾਈਵੇ 'ਤੇ ਲੈਂਡ ਸਲਾਈਡ ਹੋਇਆ, ਜਿਸ ਕਾਰਨ ਟ੍ਰੈਫਿਕ ਰੁਕਿਆ ਹੈ। ਹਿਮਾਚਲ 'ਚ ਬੀਤੀ ਦੇਰ ਰਾਤ ਤੋਂ ਮਨਾਲੀ ਲੇਹ ਹਾਈਵੇ 'ਤੇ ਵੀ ਕਾਫੀ ਬਾਰਿਸ਼ ਹੋਈ ਹੈ, ਜਿਸ ਕਾਰਨ ਆਵਾਜਾਈ 'ਚ ਦਿੱਕਤ ਆ ਰਹੀ ਹੈ। ਮੌਸਮ ਵਿਗਿਆਨੀਆਂ ਦੀ ਮੰਨੀਏ ਤਾਂ ਆਉਣ ਵਾਲੀ 10 ਜੁਲਾਈ ਤੱਕ ਇਹਨਾਂ ਸਟੇਟਸ ਦੇ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਅਤੇ ਅਜਿਹੇ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਉੱਤਰਾਖੰਡ, ਹਿਮਾਚਲ ਅਤੇ J&K ਦੇ ਟ੍ਰਿਪ 'ਤੇ ਨਾ ਜਾਣ, ਇਹਨਾਂ ਥਾਵਾਂ 'ਤੇ ਘੁੰਮਣ ਨਾ ਜਾਣ, ਖਰਾਬ ਮੌਸਮ 'ਚ ਆਪਣਾ ਬਚਾਅ ਕਰਨ। ਹਿਮਾਚਲ 'ਚ ਵੀ ਮਨਾਲੀ ਲੇਹ ਹਾਈਵੇ ਬੰਦ ਕੀਤਾ ਗਿਆ। ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕੀਤਾ ਹੈ। ਹਿਮਾਚਲ ਦੇ ਵਿੱਚ ਕਈ ਥਾਵਾਂ 'ਤੇ ਲੈਂਡ ਸਲਾਈਡ ਹੋ ਰਿਹਾ ਹੈ, ਸੜਕਾਂ ਦੇ ਵਿੱਚ ਪੱਥਰ ਡਿੱਗ ਰਹੇ ਨੇ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਇਹੀ ਨਹੀਂ, ਸ਼ਿਮਲਾ ਦੇ ਵਿੱਚ ਬਾਰਿਸ਼ ਦੇ ਕਾਰਨ ਪਾਣੀ ਘਰਾਂ ਦੇ ਵਿੱਚ ਵੜ ਗਿਆ, ਸੜਕਾਂ 'ਤੇ ਮਲਬਾ ਏ, ਪੱਥਰ ਅਤੇ ਦਰਖਤ ਗਿਰੇ ਹੋਏ ਨੇ। 70 ਤੋਂ ਜ਼ਿਆਦਾ ਸੜਕਾਂ ਬਲੌਕ ਹੋ ਗਈਆਂ ਨੇ, 200 ਤੋਂ ਜ਼ਿਆਦਾ ਬਿਜਲੀ ਦੇ ਟਰਾਂਸਫਾਰਮਰ ਠੱਪ ਹੋ ਗਏ ਨੇ। ਮੌਸਮ ਵਿਭਾਗ ਨੇ 6 ਜ਼ਿਲ੍ਹਿਆਂ, ਮੰਡੀ, ਸ਼ਿਮਲਾ, ਸਿਰਮੌਰ, ਕਾਂਗੜਾ, ਕੁੱਲੂ ਅਤੇ ਕਿਨੌਰ 'ਚ
ਹੜ੍ਹ ਆਉਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਪਿਛਲੇ 24 ਘੰਟਿਆਂ 'ਚ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿੱਚ ਜੰਮ ਕੇ ਬਰਸਾਤ ਹੋਈ ਹੈ। ਧਰਮਸ਼ਾਲਾ, ਪਾਲਮਪੁਰ, ਜੋਗਿੰਦਰ ਨਗਰ, ਰਿਸ਼ੀਕੇਸ਼, ਕਾਂਗੜਾ, ਬੈਜਨਾਥ ਅਤੇ ਲੋਹਾ ਘਾਟ ਦੇ ਵਿੱਚ ਜ਼ਬਰਦਸਤ ਬਰਸਾਤ ਹੋਈ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਲੋਕ ਖੱਜਲ ਖੁਆਰ ਹੋ ਰਹੇ ਨੇ ਅਤੇ ਸੜਕਾਂ 'ਤੇ ਮਲਬਾ ਡਿੱਗ ਰਿਹਾ ਹੈ, ਢਿੱਗਾਂ ਡਿੱਗ ਰਹੀਆਂ ਨੇ, ਲੈਂਡ ਸਲਾਈਡ ਹੋ ਰਹੀ ਹੈ। ਜਿਹੜੇ ਲੋਕ ਪਹਾੜਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਇੰਨੀ ਦਿਨੀ, ਉਹਨਾਂ ਨੂੰ ਹਾਲੇ ਇਹਨਾਂ 3 ਸਟੇਟਸ ਦੇ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।